ਫਿਲੌਰ ਰੇਲਵੇ ਸਟੇਸ਼ਨ ਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਬਰਨਿੰਗ ਟ੍ਰੇਨ ਬਣਨ ਵਾਲੀ ਸੀ ਸੁਪਰ ਫਾਸਟ। ਜਾਣਕਾਰੀ ਮੁਤਾਬਕ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਸੁਪਰ ਫਾਸਟ ਟ੍ਰੇਨ ਜਦੋਂ ਫਿਲੌਰ ਰੇਲਵੇ ਸਟੇਸ਼ਨ ਤੇ ਪੁੱਜੀ ਤਾਂ ਕਿਸੇ ਨੇ ਟ੍ਰੇਨ ਦੇ ਏਸੀ ਕੋਚ ਦੇ ਥੱਲੇ ਚੰਗਿਆਰੀਆਂ ਨਿਕਲਦੀਆਂ ਦੇਖੀਆਂ, ਜਿਸ ਤੋਂ ਬਾਅਦ ਕੋਚ ਦੇ ਅੰਦਰ ਇੱਕ ਸੜਨ ਦੀ ਬਦਬੂ ਵੀ ਆਉਣ ਲੱਗ ਪਈ। ਸੜਨ ਦੀ ਬਦਬੂ ਆਉਣ ਦੇ ਕਾਰਨ ਕੋਚ ਵਿੱਚ ਬੈਠੇ ਯਾਤਰੀਆਂ ਦੇ ਵਿੱਚ ਹੜਕੰਪ ਮੱਚ ਗਿਆ ਅਤੇ ਉਹ ਕੋਚ ਤੋਂ ਨਿਕਲ ਕੇ ਭੱਜਣ ਲੱਗ ਪਏ। ਸਟੇਸ਼ਨ ਤੇ ਬਣੇ ਅਫਰਾ ਤਫਰੀ ਦੇ ਮਾਹੌਲ ਨੂੰ ਦੇਖਦੇ ਹੋਏ ਸਟੇਸ਼ਨ ਤੇ ਤੈਨਾਤ ਕਰਮਚਾਰੀਆਂ ਨੇ ਤੁਰੰਤ ਅੱਗ ਬੁਝਾਓ ਵਾਲੇ ਯੰਤਰਾਂ ਦੇ ਨਾਲ ਕੋਚ ਵਿੱਚੋਂ ਨਿਕਲ ਰਹੀ ਅੱਗ ਦੀ ਚਿੰਗਾਰੀਆਂ ਤੇ ਕਾਬੂ ਪਾਇਆ। ਇਸ ਦੌਰਾਨ ਕੁਝ ਦੇਰ ਦੇ ਲਈ ਦੋਹਾਂ ਪਾਸਿਓਂ ਆਉਣ ਜਾਣ ਵਾਲੀਆਂ ਟ੍ਰੇਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਸੀ ਤਾਂ ਕਿ ਕੋਈ ਵੀ ਵੱਡਾ ਹਾਦਸਾ ਨਾ ਹੋ ਜਾਏ। ਕੁਝ ਨਹੀਂ ਸਰ, ਸਟੇਸ਼ਨ ਮਾਸਟਰ ਦੁਆਰਾ ਮੈਂ ਇਨਫੋਰਮੇਸ਼ਨ ਦੀ ਗਈ ਸੀ ਕਿ ਵੀ ਆਗੇ ਸੇ ਚੌਥੇ ਡਿੱਬੇ ਮੈਂ ਤੁਹਾਡੇ ਡਿੱਬੇ ਮੈਂ ਵੀਲ ਮੈਂ ਆਗ ਪਕੜੀ ਹੋਈ ਹੈ ਜਾਂ ਤੋ ਹਮਨੇ ਚੈੱਕ ਕੀਆ ਉਸਮੇ ਹਲਕੀ ਆਗ। ਕੌਨ ਸੀ ਗਾੜੀ ਥੀ ਸਰ? ਇਹ ਆਪਣਾ ਸੁਪਰ ਥੀ 2469। ਅੱਛਾ ਜੀ। ਇਸਮੇ ਆਗ ਲੱਗੀ ਹੋਈ ਸੀ ਥੋੜੀ ਵੀਲ ਮੈਂ ਚੌਥੇ ਡਿੱਬੇ ਮੈਂ। ਹਮਨੇ ਫਾਇਰ ਐਕਸਟਿੰਗੁਇਸ਼ਰ ਸੇ ਉਸਕੋ ਬੁਝਾ ਦਿਆ ਤਾਂ ਗਾੜੀ ਓਕੇ ਹੈ, ਉਹ ਗਾੜੀ ਚਲੀ ਗਈ। ਨਹੀਂ ਨਹੀਂ ਕਿਤਨੀ ਦੇਰ ਰਹੀ ਗਾੜੀ ਰੁਕੀ ਸਰ? 10-15 ਮਿੰਟ ਰਹੀ ਸੀ। ਆਗ ਬੜ ਵੀ ਸਕਤੀ ਥੀ? ਹਾਂ ਸਰ, ਅਗਰ ਨਹੀਂ ਦੇਖਤੇ ਤੋ ਆਗ ਬੜ ਸਕਤੀ ਥੀ ਬਿਲਕੁਲ। ਕੌਨ ਸਾ ਕੋਚ ਥਾ ਸਰ? ਸਰ ਇਹ ਆਗੇ ਸੇ ਇੰਜਨ ਸੇ ਚੌਥਾ ਡਿੱਬਾ ਥਾ ਸ਼ਾਇਦ ਏਸੀ ਕੋਚ ਥਾ। ਏਸੀ ਕੋਚ ਕੇ ਨੀਚੇ ਲਿਖੋ ਤੋ ਲੋਗੋ ਮੇਂ ਤੋ ਦਹਿਸ਼ਤ ਆ ਗਈ ਹੋਗੀ। ਹਾਂ ਸਰ ਬਿਲਕੁਲ ਸਰ, ਜੋ ਥੋੜ੍ਹਾ ਲੋਕ ਬਾਗ ਪਬਲਿਕ ਤੋਂ ਹੈਤੀ ਹੈ, ਥੋੜ੍ਹਾ ਭਾਗਨੇ ਲੱਗੀ ਥੀ, ਫਿਰ ਉਨਕੋ ਸਮਝਾ ਬੁਝਾ ਕਰਕੇ ਰੋਕ ਲਿਆ ਥਾ ਔਰ ਆਗ ਕੋ ਬੁਝਾ ਕਰਕੇ। ਅਬ ਗਾੜੀ ਚੈੱਕ ਕਰਕੇ ਆ ਗਏ? ਹਾਂ ਜੀ। ਕਿੰਨੀ ਦੇਰ ਖੜੀ ਰਹੀ ਗਾੜੀ? ਗਾੜੀ 15 ਮਿੰਟ ਕੇ ਆਸ ਪਾਸ ਖੜੀ ਰਹੀ ਸਰ। Bureau Report, True Scoop.